ਜੀਵਨ ਲਸਣ ਜੀਵਨ ਵੀ ਨਾਮ ਆਵਾ ਲਸਣ ਦਾ ਵੀ ਨਾਮ ਆ ਇਹ ਹੁਣ ਲਸਣ ਇਹ ਹਰਾ ਖੜਾ ਜਿਹਨਾਂ ਦੋਸਤਾਂ ਨੂੰ ਅਗਰ ਲਾਉਣ ਦੀ ਤਮੰਨਾ 하기 ਆ ਲਾਉਣ ਦਾ ਇਰਾਦਾ ਹੈ ਗਿਆ ਵਾ ਉਹ ਇਸ ਵੇਲੇ ਜਾ ਕੇ ਦੇਖੋ ਤੇ ਲਸਣ ਕਿਸ ਤਰ੍ਹਾਂ ਦਾ ਵਾ ਉਹ ਦਾ ਸੁੱਕਾ ਬੀਜ ਲੈਣਾ ਸੁੱਕਾ ਵੀ ਮੈਨੂੰ ਸਰਗੋਧੋਂ ਕਈਆਂ ਲੋਕਾਂ ਦਾ ਟੈਲੀਫੋਨ ਆਇਆ ਹੈ ਵੀ ਅਸੀਂ ਸਾਡਾ ਕੋ ਸਾਡੇ ਨਾਲ ਧੋਖਾ ਹੋਇਆ ਉਹ ਜਿਹੜਾ ਜੀਵਨ ਦਿੱਤਾ ਉਹ ਰਹੀ ਨਿਕਲਿਆ ਏ ਹੋਰ ਨਿਕਲਿਆ ਦੋਸਤੋ ਪਹਿਲਾਂ ਤੁਸੀਂ ਦੇਖ ਲਓ ਜਾ ਕੇ ਦੇਖੋ ਕਿਤੇ ਨੇੜੇ ਤੇਰੇ ਜਹਾੜ ਜਿੱਥੇ ਵੀ ਜਿਹਨੇ ਵੀ ਲਾਉਣਾ ਉਹ ਜਾ ਕੇ ਦੇਖੇ ਵੀ ਇਹਦਾ ਵੀ ਕੈਸਾ ਵਾ ਔਰ ਅੱਛੀ ਪੈਦਾਵਾਰ ਆ ਅੱਛਾ ਬਾਤ ਰਹਿ ਗਿਆ ਫਿਰ ਇਹ ਫਿਰ ਕਾ ਲਓ ਵੀ ਪਹਿਲਾਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਿਓ ਦੇਖੋ ਉਹਨਾਂ ਦਾ ਕੈਸਾ ਵੀ ਉਹਨਾਂ ਦੱਸੇ ਜਿੱਦਣ ਪਟੜਾ ਮਨ ਉਹ ਕੋਲ ਖੜੇ ਹੋ ਕੇ ਪਟਾਓ ਉਹ ਉਹ ਆਪ ਰੱਖ ਲਓ ਉਹਨੂੰ ਸਣੇ ਭੂਕਾਂ ਜਿੱਦਾਂ ਆ ਪਤੇ ਉੱਤੇ ਲੱਗੇ ਆ ਇਹ ਇਦਾਂ ਇਹਨੂੰ ਰੱਖ ਲਓ ਆਪ ਰੱਖ ਕੇ ਤੇ ਆਪ ਸੁਕਾਓ ਜੇ ਦੋਸਤਾਂ ਸ਼ੌਗ ਹੈ ਸੁੱਕਾ ਬੀ ਬਿਲਕੁਲ ਨਾ ਲਵੋ ਵਿਸ਼ਾਕ ਦੇ ਕਿਡਾ ਖੂਸੂਰਤ ਹੋਵੇ ਸੁੱਕਾ ਬੀ ਬਿਲਕੁਲ ਨਾ ਲਵੋ ਹਰਾ ਬੀ ਪਟੋ ਪਟਣ ਜਦੋਂ ਜਦੋਂ ਵੀ ਉਹਨਾਂ ਨੇ ਜਿਹੜਾ ਪਹਿਲਾਂ ਬਕਾਲ ਬਾਤ ਕਰਿਓ ਜਦੋਂ ਉਹਨਾਂ ਨੇ ਪਟਣਾ ਵਾ ਤਾਂ ਤੁਸੀਂ ਆਪ ਜਾ ਕੇ ਪਟਾਓ ਆਪਣਾ ਪਲਾ ਪਟਾ ਕੇ ਤਾਂ ਹਰੇ ਜਰਾ ਉਹਨੂੰ ਮੋਲ ਕਾਲੇ ਹਰਾ ਕੀ ਭਾ ਦੇਣਾ ਵੀ ਹਰੇ ਮੈਂ ਲੈਣਾ ਵਾ ਉਹਨੂੰ ਜਾ ਕੇ ਆਪਣੇ ਉਥੋਂ ਰੱਖ ਲਓ ਸਣੇ ਇਹਨਾਂ ਦੇ ਪੱਤੇ ਆ ਦੇ ਪਤੇ ਸੁੱਕਿਆ ਜੋ ਕੁ ਦੇ ਰਿਆ ਜਿੱਦਣ ਲਾਉਣਾ ਵਾ ਉਦੋਂ ਤੁਸੀਂ ਆਪਣਾ ਉਹਨੂੰ ਪੱਤ ਕਚਾੜਨਾ ਮੈਂ ਆਪਣੀਆਂ ਪੋਥੀਆਂ ਜਿਹੜੀਆਂ ਬਣਾ ਕੇ ਤੇ ਫਿਰ ਤੁਸੀਂ ਲਾਓ ਤੇ ਇਹ ਇਸ ਤਰ੍ਹਾਂ ਨਾ ਲਵੋ ਕਿ ਅਸੀਂ ਕਿਸੇ ਸੁਕਾ ਲੈ ਕੇ ਬਾਜ਼ਾਰ ਕੋਰੇ ਪਹਿਲਾਂ ਮਿਹਨਤ ਜਿਹੜੀ ਵੀ ਤੁਸੀਂ ਕੰਮ ਕਰਨਾ ਉਹਦੇ ਵਿੱਚ ਮਿਹਨਤ ਕਰੋ ਅਗਰ ਸੀਡ ਚੰਗਾ ਸੀਡ ਹੋਏਗਾ ਤੇ ਤੁਹਾਨੂੰ ਇਹਦਾ ਫਾਇਦਾ ਹੋਏਗਾ ਜੇ ਸੀਡ ਚੰਗਾ ਨਹੀਂ ਹੋਏਗਾ ਤੇ ਬਿਲਕੁਲ ਨਾ ਲਵੋ ਦੋਸਤੋ ਅਗਰ ਦੇਖੋ ਤੁਸੀਂ ਕਈ ਜਗ੍ਹਾ ਤੇ ਜਾ ਕੇ ਦੇਖੋ ਬੜਾ ਗੰਡਾ ਮੋਟਾ ਇਹ ਲਸਣ ਦਾ ਜੀਬੰਦਾ ਜਿਹੜਾ ਲਗੰਡਾ ਬੜਾ ਮੋਟਾ ਹੁੰਦਾ ਜਦੋਂ ਤੁਸੀਂ ਲਾਉਂਦੇ ਹੋ ਤੇ ਕੁਝ ਹੋਰ ਨਿਕਲਦਾ ਬੇਤਰਹਿ ਕਿ ਇਹ ਉਤੋਂ ਹਰਾ ਹੀ ਲੈ ਲੋ ਹਰਾ ਲੈ ਕੇ ਤੇ ਆਪਣਾ ਖੁਦ ਸੁਕਾਓ ਉਸ ਖੁਦ ਸੁਕਾ ਕੇ ਤੇ ਫਿਰ ਆਪਣਾ ਵੀ ਉਲਾਓ ਤੁਸੀਂ ਦੋਸਤੋ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਸੁੱਕਾ ਜਾ ਕੇ ਲੈ ਲੋ ਫਿਰ ਕਈ ਜਗ੍ਹਾ ਧੋਖਾ ਹੁੰਦਾ ਜ਼ਮੀਨ ਦਾ ਹੀ ਫਰਕ ਹੁੰਦਾ ਫਿਰ ਵੀ ਨਹੀਂ ਚੰਗਾ ਨਿਕਲਦਾ ਤੇ ਇਹ ਨਾ ਕਰੋ ਤੇ ਆਪਣਾ ਹਰ ਕੰਮ ਮਿਹਨਤ ਨਾਲ ਹੁੰਦਾ ਬਗੈਰ ਮਿਹਨਤੋ ਕੰਮ ਨਹੀਂ ਕਰਨਾ ਚਾਹੀਦਾ ਕਦੀ ਵੀ ਤੇ ਛਾਟਕਾਟ ਦੇ ਰਸਤੇ ਤੇ ਨਹੀਂ ਪੈਣਾ ਚਾਹੀਦਾ ਔਰ ਆਪਣੇ ਅੱਛੀ ਕਾਸ਼ਕਾਰੀ ਵਾਸਤੇ ਅੱਛਾ ਵੀ ਅੱਛਾ ਸੀਡ ਹੋਣਾ ਚਾਹੀਦਾ ਦੋਸਤੋ ਮੈਂ ਤੇ ਤੁਹਾਨੂੰ ਹਰ ਗੱਲ بار بار ਹੀ ਸਮਝਾਉਂਦਾ ਮੇਰੇ ਹੁਣ ਕਈਆ ਦੋਸਤ ਆ ਮੈਨੂੰ ਸਰਗੋਦੇ ਖਾਸ ਤੌਰ ਤੇ ਸਰਗੋਦੇ ਵਾਲੇ ਬੇ ਲੋ ਬਹੁਤ ਲੋਕਾਂ ਨੂੰ ਬੇਈਮਾਨੀ ਹੋਈ ਆ ਤੇ ਉਹ ਇਨਾ ਪਾਸਾ ਕਰ ਖਰਚ ਕਰਕੇ ਤੇ ਉਹਨੂੰ ਕੁਝ ਵੀ ਨਹੀਂ ਲੱਭਾ ਤੇ ਕੀ ਕੀ ਫਾਇਦਾ ਹੋਇਆ ਪੈਸਾ ਲੱਗਾ ਜ਼ਾਇਆ ਹੋਇਆ ਕਿਹਦਾ ਗਿਆ ਤੁਹਾਡਾ ਗਿਆ ਨਾ ਤੇ ਤਕਰੀਬ ਵੀ ਨੂੰ ਹੁੰਦੇ ਯਾਰ ਇਨਾ ਧੋਖਾ ਹੁੰਦਾ ਵਾ ਬਹਰਾਂ ਨੂੰ ਪੈਸੇ ਬਣਾਉਣ ਵਾਲੇ ਜਿਹੜੇ ਆ ਉਹ ਆਪਣਾ ਪੈਸਾ ਬਣਾਉਂਦੇ ਆ ਤੇ ਉਹ ਨਹੀਂ ਦੇਸ਼ ਦੇ ਨਹੀਂ ਨਹੀਂ ਸੋਚਦੇ ਕੋਈ ਕੀ ਹੈ ਹਰਾਮ ਕਰਕੇ ਕੀ ਕਰਨਾ ਵਾ ਨਹੀਂ ਸੋਚਦੇ ਹੋ ਤੇ ਦੋਸਤੋ ਤੁਸੀਂ ਵੀ ਇਹ ਦੇਬਾ ਗੌਰ ਕਰੋ ਇਹਦੇ ਵਜੇ ਦੇ ਸੋਚਿਆ ਕਰੋ ਸੋਚ ਕੇ ਹਰ ਕੰਮ ਕਰੀਦਾ ਖੁਦਾ হাফেজ